ਕਿਹਾ ਜਾਂਦਾ ਹੈ ਦੀਵਾਲੀ ਦੇ ਦਿਨਾਂ ਵਿੱਚ ਇਹ ਚੀਜ਼ਾਂ ਕਦੇ ਵੀ দান ਨਹੀਂ ਕਰਨੀਆਂ ਚਾਹੀਦੀਆਂ ਇਸ ਨਾਲ ਮਨੁੱਖ ਦਾ ਜੀਵਨ ਕਠਿਨਾਈਆਂ ਨਾਲ ਭਰ ਜਾਂਦਾ ਹੈ ਵੈਸੇ ਤਾਂ দান ਕਰਨਾ ਬਹੁਤ ਜ਼ਰੂਰੀ ਹੈ দান ਕਰਨ ਤੋਂ ਬਿਨਾ ਤੇ ਤੁਹਾਡਾ ਭਲਾ ਹੋਏਗਾ ਹੀ ਨਹੀਂ ਕਿਸੇ ਇੱਕ ਭੁੱਖੇ ਗਰੀਬ ਦਾ ਜਦੋਂ দান ਕਰਨਾ ਉਹਨਾਂ ਹੀ ਜ਼ਰੂਰੀ ਹੈ ਜਿੰਨਾ ਦੂਸਰੇ ਕੰਮ ਕਰਨਾ ਧਾਰਮਿਕ ਗ੍ਰੰਥਾਂ ਪੁਸਤਕਾਂ ਵਿੱਚ ਵੀ ਕਿਹਾ ਗਿਆ ਹੈ ਮਨੁੱਖ ਨੂੰ ਸਾਲ ਵਿੱਚ ਦੋ ਚਾਰ ਵਾਰੀ ਤਾਂ ਪੱਕਾ ਗੁਪਤ ਦਾਨ ਜ਼ਰੂਰ ਕਰਨਾ ਹੀ ਚਾਹੀਦਾ ਹੈ ਕਈ ਚੀਜ਼ਾਂ ਐਵੇਂ ਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਦਾਨ ਕਰਕੇ ਆਪ ਮੁਸੀਬਤ ਵਿੱਚ ਫਸ ਸਕਦੇ ਪਹਿਲੀ ਚੀਜ਼ ਹੈ ਲੂਣ ਲੂਣ ਨੂੰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਕਿਹਾ ਜਾਂਦਾ ਹੈ ਵੀ ਤੁਸੀਂ ਕਈ ਵਾਰ ਕੀ ਹੁੰਦਾ ਹੈ ਕਹਿੰਦੇ ਨੇ ਨਾ ਮੇ ਕਿਸੇ ਨੂੰ ਮੌਕੇ ਹੋਏ ਨੇ ਤਾਂ ਲੂਣ ਤੇ ਮਾਂਜਾ ਜਾ ਕੇ ਫਲਾਣੀ ਥਾਂ ਤੇ ਛੜਾਓ ਤਾਂ ਇਹ ਨਾਲ ਠੀਕ ਹੋ ਜਾਣਗੇ ਤਾਂ ਕਹਿੰਦੇ ਵੀ ਉਹ ਸੋਮਵਾਰ ਵਾਲੇ ਦਿਨ ਹੀ ਛੜਾਓ ਇਸ ਨਾਲ ਜ਼ਿਆਦਾ ਫਾਇਦਾ ਹੋਏਗਾ ਇਸ ਨਾਲ ਕਿੰਨੇ ਵੀ ਕਹਿੰਦੇ ਮਾੜੇ ਭਾਗ ਜਾਂ ਰੋਗ ਲੱਗੇ ਹੋਣ ਉਹ ਠੀਕ ਹੋ ਜਾਂਦਾ ਹੈ ਇਹ ਵੱਖ-ਵੱਖ ਲੋਕਾਂ ਦੀ ਵੱਖ-ਵੱਖ ਪਰੰਪਰਾਵਾਂ ਵਿੱਚ ਇਹ ਮੰਨਤਾ ਹੈ ਕਿੰਦੇ ਕਿਸਮਤ ਸਾਥਨਾ ਦੇਂਦੀ ਹੋਏ ਸਭ ਕੁਝ ਬਦਲ ਜਾਏਗਾ ਨਮਕਤਾ দান ਕਿੰਦੇ ਸਰਵਸ਼੍ਰੇਸ਼ਟ ਮੰਨਿਆ ਜਾਂਦਾ ਹੈ ਦੂਸਰਾ ਕਿੰਦੇ ਗੁਰਦਾ ਦਾ ਜੇ ਤੁਸੀਂ ਗੁਰਦਾ দান ਕਰ ਦਿਓ ਤਾਂ ਇਹ ਮਿੱਠਾ ਇਹ ਮਿਠਾਸ ਇਹ ਰਿਸ਼ਤਿਆਂ ਦੇ ਵਿੱਚ ਮਿਠਾਸ ਖੋਲ ਦਿੰਦਾ ਹੈ ਘਰ ਵਿੱਚ ਕਿਸੇ ਤਰ੍ਹਾਂ ਦੀ ਕਲਾ ਕਲੇਸ਼ ਹੋਏ ਜੀਆਂ ਦੀ ਆਪਸ ਚ ਨਾ ਬਣਦੀ ਹੋਵੇ ਤਾਂ ਕਿੰਦੇ ਗੁਰਦਾ দান ਜ਼ਰੂਰ ਕਰੋ ਇਸ ਨਾਲ ਰਿਸ਼ਤੇਆਂ ਵਿੱਚ ਪਿਆਰ ਵਧੇਗਾ ਹੁਣ ਗੱਲ ਕਰਦੇ ਹਾਂ ਉਹ ਕਿਹੜੀਆਂ ਚੀਜ਼ਾਂ ਨੇ ਜੋ ਕਦੇ ਵੀ ਆਪਾਂ ਨੂੰ ਦਾਨ ਨਹੀਂ ਕਰਨੀਆਂ ਚਾਹੀਦੀਆਂ ਜਾਂ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀ ਸਭ ਤੋਂ ਪਹਿਲੀ ਗੱਲ ਕਹਿੰਦੇ ਆ ਪਾਟੇ ਪੁਰਾਣੇ ਤੇ ਕੱਸੀ ਕਪੜੇ ਕਦੇ ਕਿਸੇ ਨੂੰ ਦਾਨ ਨਹੀਂ ਕਰਨੇ ਚਾਹੀਦੇ ਦੂਜਾ ਕਹਿੰਦਾ ਵੀ ਕਦੀ ਵੀ ਬਯਾ ਭੋਜਨ ਹੋ ਗਿਆ ਜਾਂ ਸੜਿਆ ਹੋ ਗਿਆ ਜਾਂ ਗਲਿਆ ਹੋ ਗਿਆ ਵੀ ਬਯਾ ਭੋਜਨ ਕਦੀ ਵੀ ਜੇ ਪ੍ਰਸ਼ਾਦਾ ਪਾਣੀ ਕਦੇ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਤੀਸਰਾ ਹੋ ਗਿਆ ਵੀ ਆਪਾਂ ਨੇ ਘਰ ਵਿੱਚ ਕੀ ਹੁੰਦਾ ਕਹਿੰਦੇ ਵੀ ਬਈ ਸਬਜੀ ਪਈਏ ਤੇ ਜਾਂ ਕੰਮ ਵਾਲੀ ਨੂੰ ਦੇ ਦੋ ਕੰਮ ਵਾਲੇ ਨੂੰ ਦੇ ਦੋ ਤਾਂ ਕਦੀ ਨਹੀਂ ਦੇਣਾ ਚਾਹੀਦਾ ਆਪਾਂ ਪੁੰਨ ਦੀ ਥਾਂ పాਪ ਇਕੱਠੇ ਕਰਦੇ ਪਏ ਤੀਸਰੀ ਚੀਜ਼ ਕਹਿੰਦੇ ਵੀ ਕਈ ਵਾਰ ਕੀ ਹੁੰਦਾ ਵੀ ਆਪਾਂ ਆਪਣੀਆਂ ਚੱਪਲਾਂ ਜਾਂ ਫਿਰ ਬੂਟ ਹੋ ਘਸ ਜਾਂਦੇ ਆ ਤੇ ਆਪਾਂ ਦਾਨ ਕਰਨਾ ਚਾਹੁੰਦੇ ਆ ਇਸ ਨਾਲ ਕਦੇ ਵੀ ਕਹਿੰਦੇ ਕੁਝ ਚੰਗਾ ਨਹੀਂ ਹੋ ਸਕਦਾ ਤੁਹਾਡੇ ਨਾਲ ਇਹ ਦਾਨ ਨਹੀਂ ਮੰਨਿਆ ਜਾਏਗਾ ਬਲਕਿ ਇਹ ਤਾਂ ਆਪਾਂ ਆਪਣੇ ਸਿਰ పాਪ ਦੀ ਪੰਡ ਹੋਰ ਇਕੱਠੀ ਕਰਦੇ ਪਏ ਘਰ ਦੇ ਪਾਂਡੇ ਹੋ ਗਏ ਝਾੜੂ ਹੋ ਗਿਆ ਟੁੱਟਾ ਜਾਂ ਫਿਰ ਕਹਿੰਦੇ ਵੀ ਖਸ ਗਿਆ ਮੰਜਾ ਤਾਂ ਇਹ ਦੇ ਦਿਓ ਜਾਂ ਫਿਰ ਇਹ ਤੇਲ ਆਪਾਂ ਵਰਤਿਆ ਸੀ ਹੁਣ ਆਪਣੇ ਵਰਤਨ ਯੋਗ ਨਹੀਂ ਰਿਹਾ ਤੇ ਇਹ ਦੇ ਦਿਓ ਇਸ ਕਰਕੇ ਪਾਂਡੇ ਝਾੜੂ ਤੇ ਤੇਲ ਕਿੰਦੇ ਇਹ দান ਨਹੀਂ ਕਰਨਾ ਚਾਹੀਦਾ ਗਰੀਬੀ ਕੰਗਾਲੀ ਆਉਂਦੀ ਇਹ ਵੱਖ-ਵੱਖ ਲੋਕਾਂ ਦੀ ਵੱਖ-ਵੱਖ ਮੰਨਦੇ ਹਨ দান ਆਪਣੇ ਦਸਵੰਦ ਵਿੱਚੋਂ ਤੁਸੀਂ ਕਰ ਸਕਦੇ ਹੋ ਪਰ ਕਦੇ ਵੀ ਵਰਤੀਆਂ ਹੋਈਆਂ ਇਹ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਟੁੱਟੀ ਟਿੜਕੀ ਪਲੇਟ ਜੇ ਕਿਸੇ ਕੋਈ ਸਬਜ਼ੀ ਬਣਾ ਕੇ ਆਪਾਂ ਤੇਲੇ ਦੇ ਡੱਬੇ 'ਚ ਇਕੱਠੇ ਕਰਦੇ ਰਹਿੰਦੇ ਆ ਜਿਵੇਂ ਗਰਮੀਆਂ 'ਚ ਆਪਾਂ Karele ਬਣਾਈਆਂ ਹੋਰ ਕੋਈ ਸਬਜ਼ੀ ਬਣਾਈ ਹੋ ਤੇਲ ਇਕੱਠਾ ਕਰਦੇ ਨੇ ਉਹ ਹੋ ਗਿਆ ਝਾੜੂ